ਦੋਸਤੋ ਅੱਜ ਆਪਾਂ ETT ਪੇਪਰ ਸੈਕੰਡ ਦੀ ਤਿਆਰੀ ਦੇ ਲਈ ਸਾਇੰਸ ਸਬਜੈਕਟ ਦਾ ਟੌਪਿਕ ਮੈਟਲਸ ਐਂਡ ਨਾਨ-ਮੈਟਲਸ ਪਾਰਟ 2 ਕਰਾਂਗੇ ਜੀ ਜੇਕਰ ਤੁਸੀਂ ਪਾਰਟ 1 ਦੇਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਦਿੱਤਾ ਗਿਆ ਹੈ ਜੀ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਸੇ ਤਰ੍ਹਾਂ ਹੀ ਮਿਹਨਤ ਜਾਰੀ ਰੱਖੋ ਸਫਲ ਜਰੂਰ ਹੋਵੋਗੇ ਕਿਰਪਾ ਕਰਕੇ ਹਰ ਰੋਜ਼ 10 ਤੋਂ 15 ਮਿੰਟ ਆਪਣੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੀ ਆਓ ਸ਼ੁਰੂ ਕਰਦੇ ਹਾਂ ਦੋਸਤੋ ਆਪਣਾ ਫਰ ਹੇਠ ਲਿਖੇ ਵਿੱਚੋਂ ਕਿਹੜੀ ਧਾਤ ਹਥੇਲੀ ਤੇ ਰੱਖਣ ਤੇ ਪਿਘਲ ਜਾਂਦੀ ਹੈ ਅਜਿਹੀ ਕਿਹੜੀ ਧਾਤ ਹੈ ਜੀ ਜਿਹੜੀ ਕਿ ਹਥੇਲੀ ਤੇ ਰੱਖਣ ਤੇ ਪਿਘਲ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ ਗੈਲੀਅਮ ਇੱਕ ਅਜਿਹੀ ਧਾਤ ਹੈ ਜੀ ਜਿਹੜੀ ਹਥੇਲੀ ਤੇ ਰੱਖਣ ਤੇ ਪਿਘਲ ਜਾਂਦੀ ਹੈ ਯਾਨੀ ਕਿ ਇਸ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਜੀ ਬਹੁਤ ਹੀ ਲੋ ਹੁੰਦਾ ਹੈ ਘੱਟ ਹੁੰਦਾ ਹੈ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ ਦੋਸਤੋ ਦੂਸਰੀ ਸਾਈਡ ਧਾਤਾਂ ਦੇ ਜਿਹੜੇ ਸਿੰਬਲ ਨੇ ਉਹ ਵੀ ਨਾਲ ਦਿੱਤੇ ਗਏ ਹਨ ਪਲੀਜ਼ ਇਹਨਾਂ ਨੂੰ ਨੋਟ ਕਰਦੇ ਜਾਣਾ ਜੀ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਕਿਸ ਧਾਤ ਦਾ ਪਿਘਲਾਓ ਦਰਜਾ ਸਭ ਤੋਂ ਵੱਧ ਹੈ ਅਜਿਹੀ ਕਿਹੜੀ ਧਾਤ ਹੈ ਜੀ ਜਿਸ ਦਾ ਮੈਲਟਿੰਗ ਪੁਆਇੰਟ ਹੈ ਜੋ ਹਾਈਐਸਟ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਡੀ ਟੰਗਸਟਨ ਇੱਕ ਅਜਿਹੀ ਧਾਤ ਹੈ ਜੀ ਜਿਸ ਦਾ ਪਿਘਲਾਓ ਦਰਜਾ ਸਭ ਤੋਂ ਵੱਧ ਹੈ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਦੋਸਤੋ ਐਥਿਕ ਨੋਟ ਕਰਨਯੋਗ ਪੁਆਇੰਟ ਹੈ ਜੀ ਜਿਹੜੀ ਟੰਗਸਟਨ ਧਾਤ ਹੈ ਜੀ ਇਹ ਬਲਬ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਜੀ ਇਸ ਦਾ ਪਿਘਲਾਉ ਦਰਜਾ ਹੈ ਜੋ ਸਭ ਤੋਂ ਜ਼ਿਆਦਾ ਹੈ ਯਾਨੀ ਕਿ ਇਹ ਆਸਾਨੀ ਦੇ ਨਾਲ ਜੋ ਮੈਲਟ ਨਹੀਂ ਹੁੰਦੀ ਜੀ ਇਸ ਤਰ੍ਹਾਂ ਇਸ ਨੂੰ ਨੋਟ ਕਰ ਲੈਣਾ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਵਿਟਾਮਿਨ B12 ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ ਵਿਟਾਮਿਨ B12 ਦੇ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ ਜੀ ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ C ਵਿਟਾਮਿਨ B12 ਦੇ ਵਿੱਚ ਕੋਬਾਲਟ ਧਾਤ ਪਾਈ ਜਾਂਦੀ ਹੈ ਜੀ ਇਸ ਤਰ੍ਹਾਂ ਆਪਸ਼ਨ C கரੈਕਟ ਹੈ ਦੋਸਤੋ ਕੋਬਾਲਟ ਧਾਤ ਦਾ ਜੋ ਸਿੰਬਲ ਹੈ ਜੀ ਉਹ Co ਹੈ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਸ ਧਾਤ ਨਾਲ ਗੈਲਵਨਾਈਜ਼ ਕੀਤਾ ਜਾਂਦਾ ਹੈ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਲਈ ਕਿਹੜੀ ਧਾਤ ਦੀ ਜੋ ਪਰਤ ਹੈ ਇਸ ਦੇ ਉੱਪਰ ਚੜਾਈ ਜਾਂਦੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ B ਇਸ ਦੇ ਉੱਪਰ ਜ਼ਿੰਕ ਦੀ ਪਰਤ ਚੜਾਈ ਜਾਂਦੀ ਹੈ ਦੋਸਤੋ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਲਈ ਜ਼ਿੰਕ ਦੇ ਨਾਲ ਇਸ ਨੂੰ ਗੈਲਵਨਾਈਜ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਜੋ ਆਪਣੇ ਪੁਆਇੰਟਸ ਹਨ ਜੀ ਅਧਾਤਾਂ ਦੇ ਬਾਰੇ ਨਾਨ ਮੈਟਲਸ ਦੇ ਬਾਰੇ ਹਨ ਜੀ ਇਹਨਾਂ ਤੋਂ ਬਾਅਦ ਆਪਾਂ ਇਹਨਾਂ ਦੇ ਨਾਲ ਜੋ ਰਿਲੇਟਿਡ ਐਮਸੀਕਿਊਜ਼ ਨੇ ਉਹ ਕਰਾਂਗੇ ਜੀ ਆਪਣਾ ਫਰਸਟ ਪੁਆਇੰਟ ਹੈ ਜੀ ਨਾਨ ਮੈਟਲਸ ਵਿੱਚ ਕੂਟਿਨੀ ਯੋਗਤਾ ਅਤੇ ਖਿਚੀਨ ਯੋਗਤਾ ਦਾ ਗੁਣ ਨਹੀਂ ਹੁੰਦਾ ਧਾਤਾਂ ਦੇ ਵਿੱਚ ਜਿਹੜੇ ਧਾਤਾਂ ਵਾਲੇ ਗੁਣ ਨਹੀਂ ਹੁੰਦੇ ਜੀ ਉਹਨਾਂ ਤੋਂ ਉਲਟ ਜਿਹੜੇ ਆਪਣਾ ਗੁਣ ਹੁੰਦੇ ਨੇ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਆ ਨਾਨ ਮੈਟਲਸ ਨੇ ਜਿਹੜੇ ਉਹਨਾਂ ਨੂੰ ਆਪਾਂ ਕੁੱਟ ਕੇ ਉਹਨਾਂ ਦੇ ਚਾਦਰਾਂ ਨਹੀਂ ਬਣਾ ਸਕਦੇ ਅ ਸ਼ੀਟਸ ਨਹੀਂ ਬਣਾ ਸਕਦੇ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਖਿਚੀਨ ਯੋਗਤਾ ਦਾ ਗੁਣ ਨਹੀਂ ਹੁੰਦਾ ਜੀ ਇਹੇ ਚਮਕੀਲੀਆਂ ਵੀ ਨਹੀਂ ਹੁੰਦੀਆਂ ਅਤੇ ਜਿਹੜੀਆਂ ਨਾਨ ਮੈਟਲਸ ਹੁੰਦੀਆਂ ਨੇ ਜੀ ਇਹ ਪੁਰਪੁਰੀਆਂ ਹੁੰਦੀਆਂ ਨੇ ਯਾਨੀ ਕਿ ਇਹਨਾਂ ਦੇ ਵਿੱਚ ਇਹ ਬ੍ਰੇਟਲ ਹੁੰਦੀਆਂ ਨੇ ਇਹ ਆਸਾਨੀ ਦੇ ਨਾਲ ਜਿਹੜੀਆਂ ਪੁਰ ਜਾਂਦੀਆਂ ਨੇ ਟੁੱਟ ਜਾਂਦੀਆਂ ਨੇ ਕੁਝ ਕੁ ਉਦਾਹਰਨਾਂ ਨੇ ਜੀ ਨਾਨ ਮੈਟਲਸ ਦੀਆਂ ਕਾਰਬਨ ਸਲਫਰ ਫਾਸਫੋਰਸ ਸਿਲੀਕੋਨ ਹਾਈਡਰੋਜਨ ਇਸੇ ਤਰ੍ਹਾਂ ਹੀ ਗੈਸਸਿਜ਼ ਨੇ ਜੀ ਕੁਝ ਇਹ ਵੀ ਨਾਨ ਮੈਟਲਸ ਦੇ ਵਿੱਚ ਆਉਂਦੀਆਂ ਨੇ ਆਕਸੀਜਨ ਨਾਈਟ੍ਰੋਜਨ ਕਲੋਰਿਨ ਇਸ ਤੋਂ ਇਲਾਵਾ ਹੀਲੀਅਮ ਜੀ ਬ੍ਰੋਮੀਨ ਨਿਓਨ ਅਤੇ ਆਰਗਨ ਇਸ ਤਰ੍ਹਾਂ ਇਹ ਸਾਰੀ ਹੀ ਨਾਨ ਮੈਟਲਸ ਨੇ ਇਹਨਾਂ ਦੇ ਨਾਲ ਰਿਲੇਟਡ ਜੋ ਕੁਐਸਚਨਸ ਨੇ ਉਹ ਇਸ ਪ੍ਰਕਾਰ ਨੇ ਜੀ ਆਪਣਾ ਫਰਸਟ ਕੁਐਸਚਨ ਹੈ ਧਰਤੀ ਦੀ ਪੇਪੜੀ ਵਿੱਚ ਕਿਹੜੀ ਅਤਾਤ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਮੌਜੂਦ ਹੈ ਵੈਰੀ ਇੰਪੋਰਟੈਂਟ ਕੁਸਚਨ ਹੈ ਦੋਸਤੋ ਧਰਤੀ ਦੀ ਪੇਪੜੀ ਦੇ ਵਿੱਚ ਕਿਹੜੀ ਅਤਾਤ ਹੈ ਜੋ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ B ਆਕਸੀਜਨ ਇੱਕ ਅਜਿਹੀ ਨਾਨ ਮੈਟਲ ਹੈ ਜੀ ਜਿਹੜੀ ਧਰਤੀ ਦੀ ਕਰਸਟ ਦੇ ਵਿੱਚ ਪੇਪੜੀ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਮਿਲਦੀ ਹੈ ਇਸ ਤਰ੍ਹਾਂ ਆਪਸ਼ਨ B ਕਰੈਕਟ ਹੈ ਦੋਸਤੋ ਧਰਤੀ ਦੀ ਪੇਪੜੀ ਦੇ ਵਿੱਚ ਦੂਜੀ ਸਭ ਤੋਂ ਵੱਧ ਮਾਤਰਾ ਦੇ ਵਿੱਚ ਪਾਈ ਜਾਣ ਵਾਲੀ ਅਧਾਤ ਹੈ ਜੀ ਉਹ ਸਿਲੀਕੋਨ ਹੈ ਇਸ ਤਰ੍ਹਾਂ ਇਹ ਨੋਟ ਕਰਨ ਜੋ ਪੁਆਇੰਟ ਹੈ ਦੋਸਤੋ ਅਗਲਾ ਪ੍ਰਸ਼ਨ ਲੈ ਲੈਂਦੇ ਹਾਂ ਜੀ ਕਿਹੜੀ ਇੱਕੋ ਇੱਕ ਅਜਿਹੀ ਅਧਾਤ ਹੈ ਜਿਹੜੀ ਕਮਰੇ ਦੇ ਤਾਪਮਾਨ ਤੇ ਤਰਲ ਅਵਸਥਾ ਦੇ ਵਿੱਚ ਮਿਲਦੀ ਹੈ ਕਿਹੜੀ ਇੱਕ ਨਾਨ ਮੈਟਲ ਹੈ ਜੀ ਜਿਹੜੀ ਕਿ ਲਿਕਵਿਡ ਸਟੇਟ ਦੇ ਵਿੱਚ ਮਿਲਦੀ ਹੈ ਜੀ ਰੂਮ ਟੈਂਪਰੇਚਰ ਤੇ ਲਿਕਵਿਡ ਸਟੇਟ ਦੇ ਵਿੱਚ ਪਾਈ ਜਾਂਦੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ ਬ੍ਰੋਮਾਈਨ ਇੱਕ ਅਜਹੀ ਨਾਨ ਮੈਟਲ ਹੈ ਜੀ ਜਿਹੜੀ ਕਮਰੇ ਦੇ ਤਾਪਮਾਨ ਤੇ ਲਿਕੁਅਰ ਸਟੇਟ ਦੇ ਵਿੱਚ ਮਿਲਦੀ ਹੈ ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਹੜੀ ਅਧਾਤ ਬਿਜਲੀ ਦੀ ਚੰਗੀ ਸੁਚਾਲਕ ਹੈ ਕਿਹੜੀ ਨਾਨ ਮੈਟਲ ਹੈ ਜੀ ਜਿਹੜੀ ਗੁੱਡ ਕੰਡਕਟਰ ਹੈ ਜੀ ਇਲੈਕਟ੍ਰਿਸਿਟੀ ਦਾ ਜਿਸ ਦੇ ਵਿੱਚ ਉਹਦੀ ਇਲੈਕਟ੍ਰਿਸਿਟੀ ਪਾਸ ਹੋ ਸਕਦੀ ਹੈ ਇਸ ਦਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਏ ਗ੍ਰੇਫਾਈਟ ਇੱਕ ਅਜਹੀ ਨਾਨ ਮੈਟਲ ਹੈ ਜੀ ਅਧਾਤ ਹੈ ਜਿਹੜੀ ਕਿ ਬਿਜਲੀ ਦੀ ਚੰਗੀ ਸੁਚਾਲਕ ਹੈ ਇਸ ਤਰ੍ਹਾਂ অপਸ਼ਨ A கரੈਕਟ ਹੈ ਦੋਸਤੋ ਅਗਲਾ ਪ੍ਰਸ਼ਨ ਲੈ ਲੈਂਦੇ ਹਾਂ ਜੀ ਹੇਟ ਲਿਖਿਆਂ ਦੇ ਵਿੱਚੋਂ ਕਿਹੜੀ ਅਧਾਤ ਵਿੱਚ ਚਮਕ ਹੁੰਦੀ ਹੈ ਦੋਸਤੋ ਜਿਵੇਂ ਕਿ ਆਪ ਨੂੰ ਪਤਾ ਹੈ ਨਾਨ ਮੈਟਲਸ ਦੇ ਵਿੱਚ ਚਮਕ ਨਹੀਂ ਹੁੰਦੀ ਪਰ ਇੱਕ ਅਜਿਹੀ ਨਾਨ ਮੈਟਲ ਹੈ ਜਿਸ ਦੇ ਵਿੱਚ ਚਮਕ ਹੁੰਦੀ ਹੈ ਉਹ ਆਪਾਂ ਨੇ ਦੱਸਣੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ অপਸ਼ਨ D ਉਪਰੋਕਤ ਸਾਰੇ ਇਹ ਸਾਰੀਆਂ ਹੀ ਜੋ ਤਿੰਨੋਂ ਨਾਨ ਮੈਟਲਸ ਨੇ ਜੀ ਇਹਨਾਂ ਦੇ ਵਿੱਚ ਚਮਕ ਹੁੰਦੀ ਹੈ ਜਿਵੇਂ ਕਿ ਹੀਰਾ ਡਾਇਮੰਡ ਗ੍ਰੇਫਾਈਟ ਇਸ ਤੋਂ ਇਲਾਵਾ ਆਇਓਡੀਨ ਇਹਨਾਂ ਨਾਨ ਮੈਟਲਸ ਦੇ ਵਿੱਚ ਚਮਕ ਹੁੰਦੀ ਹੈ ਜੀ ਬਾਕੀ ਨਾਨ ਮੈਟਲਸ ਦੇ ਵਿੱਚ ਚਮਕ ਨਹੀਂ ਹੁੰਦੀ ਇਸ ਤਰ੍ਹਾਂ ਆਪਸ਼ਨ ਡੀ ਕਰੈਕਟ ਹੈ ਦੋਸਤੋ ਅਤੇ ਇੱਕ ਨੋਟ ਕਰਨ ਯੋਗ ਪੁਆਇੰਟ ਹੈ ਜੀ ਹੀਰਾ ਸਭ ਤੋਂ ਸਖਤ ਅਤਾਤ ਹੈ ਜੀ ਹਾਰਡੇਸਟ ਨਾਨ ਮੈਟਲ ਹੈ ਜੀ ਇਸ ਅਤਾਤ ਦਾ ਪਿਘਲਾਓ ਦਰਜਾ ਯਾਨੀ ਕਿ ਮੈਲਟਿੰਗ ਪੁਆਇੰਟ ਅਤੇ ਉਬਾਲ ਦਰਜਾ ਬਹੁਤ ਉੱਚਾ ਹੁੰਦਾ ਹੈ ਯਾਨੀ ਕਿ ਇਹ ਆਸਾਨੀ ਦੇ ਨਾਲ ਮੈਲਟ ਨਹੀਂ ਹੁੰਦਾ ਜੀ ਬੋਇਲ ਨਹੀਂ ਹੁੰਦਾ ਇਸ ਤਰ੍ਹਾਂ ਇਹ ਕਾਫੀ ਜ਼ਿਆਦਾ ਟੈਂਪਰੇਚਰ ਤੇ ਇਹ ਮੈਲਟ ਹੁੰਦਾ ਹੈ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ ਇਸ ਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਹੈ ਜੋ ਬਹੁਤ ਜ਼ਿਆਦਾ ਉੱਚਾ ਹੁੰਦਾ ਹੈ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਪਿੱਤਲ ਕੀ ਹੈ ਆਪਾਂ ਨੇ ਪਿੱਤਲ ਦੱਸਣਾ ਹੈ ਜੀ ਕੀ ਹੈ ਧਾਤ ਹੈ ਜਾਂ ਫਿਰ ਅਧਾਤ ਜਾਂ ਮਿਸ਼ਰਤ ਧਾਤ ਜਾਂ ਫਿਰ ਉਪਧਾਤ ਹੈ ਇਹ ਜ਼ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ ਪਿੱਤਲ ਯਾਨੀ ਕਿ ਬਰਾਸ ਇੱਕ ਮਿਸ਼ਰਤ ਧਾਤ ਹੈ ਜੀ ਐਲਵਾਇ ਹੈ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ ਯਾਨੀ ਕਿ ਇਹ ਧਾਤ ਅਤੇ ਅਧਾਤ ਜਾਂ ਫਿਰ ਧਾਤਾਂ ਜਾਂ 2 ਜਾਂ 2 ਤੋਂ ਵੱਧ ਧਾਤਾਂ ਦੇ ਮਿਸ਼ਰਣ ਨੂੰ ਆਪਾਂ ਮਿਸ਼ਰਤ ਧਾਤ ਕਹਿੰਦੇ ਹਾਂ ਜੀ ਜਿਹੜੀ ਧਾਤ 2 ਜਾਂ 2 ਤੋਂ ਵੱਧ ਧਾਤਾਂ ਜਾਂ ਅਧਾਤਾਂ ਤੋਂ ਮਿਲ ਕੇ ਬਣਦੀ ਹੈ ਉਸ ਨੂੰ ਮਿਸ਼ਰਤ ਧਾਤ ਕਿਹਾ ਜਾਂਦਾ ਹੈ ਇਸ ਤਰ੍ਹਾਂ ਪਿੱਤਲ ਹੈ ਜੋ ਇੱਕ ਮਿਸ਼ਰਤ ਧਾਤ ਹੈ ਪਿੱਤਲ ਇੱਕ ਮਿਸ਼ਰਤ ਤੱਤ ਹੈ ਜੋ ਕਾਪਰ ਅਤੇ ਜ਼ਿੰਕ ਨੂੰ ਮਿਲਾ ਕੇ ਬਣਦੀ ਹੈ ਜੀ ਇਸ ਤਰ੍ਹਾਂ ਨੋਟ ਕਰਨ ਯੋਗ ਪੁਆਇੰਟ ਹੈ ਦੋਸਤੋ ਇਸ ਤੇ ਕੁਐਸਚਨ ਬਣ ਸਕਦਾ ਹੈ ਜੀ ਪਿੱਤਲ ਕਿਹੜੀ ਕਿਹੜੀਆਂ ਤੱਤਾਂ ਦਾ ਮਿਸ਼ਰਣ ਹੈ ਇਸ ਤਰ੍ਹਾਂ ਇਹ ਕਾਪਰ ਅਤੇ ਜ਼ਿੰਕ ਤੱਤਾਂ ਦਾ ਮਿਸ਼ਰਣ ਹੈ ਜੀ ਨੈਕਸਟ ਪੁਆਇੰਟ ਲੈਂਦੇ ਹਾਂ ਦੋਸਤੋ ਨੈਕਸਟ ਕੁਐਸਚਨ ਹੈ ਜੀ ਆਪਣਾ ਕਿਹੜਾ ਕਥਨ ਗਲਤ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ অপਸ਼ਨ ਸੀ ਅਧਾਤਾਂ ਪੀਰੀਆਡਿਕ ਟੇਬਲ ਦੇ ਵਿੱਚ ਖੱਬੇ ਪਾਸੇ ਹੁੰਦੀਆਂ ਨੇ ਜੀ ਇਹ ਪੁਆਇੰਟ ਹੈ ਜੋ ਗਲਤ ਹੈ ਜੀ ਜਿਹੜੀਆਂ ਅਧਾਤਾਂ ਨੇ ਨਾਨ ਮੈਟਲਸ ਨੇ ਇਹ ਪੀਰੀਆਡਿਕ ਟੇਬਲ ਦੇ ਵਿੱਚ ਸੱਜੇ ਪਾਸੇ ਹੁੰਦੀਆਂ ਨੇ ਜੀ ਜਦੋਂ ਕਿ ਜਿਹੜੀਆਂ ਮੈਟਲਸ ਨੇ ਉਹ ਖੱਬੇ ਪਾਸੇ ਹੁੰਦੀਆਂ ਨੇ ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ অপਸ਼ਨ ਸੀ ਬਿਲਕੁਲ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਹੈ ਜੀ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਕੀ ਬਣਾਉਂਦੀਆਂ ਹਨ ਨਾਨ ਮੈਟਲਸ ਨੇ ਜਿਹੜੀਆਂ ਉਹ ਆਕਸੀਜਨ ਦੇ ਨਾਲ ਕਿਰਿਆ ਕਰਕੇ ਕੀ ਬਣਾਉਂਦੀਆਂ ਹਨ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ ਜਿਹੜੀਆਂ ਨਾਨ ਮੈਟਲਸ ਨੇ ਅਤਾਤਾਂ ਨੇ ਉਹ ਆਕਸੀਜਨ ਦੇ ਨਾਲ ਕਿਰਿਆ ਕਰਕੇ ਤੇਜਾਬੀ ਆਕਸਾਈਡ ਬਣਾਉਂਦੀਆਂ ਨੇ ਜੀ ਯਾਨੀ ਕਿ ਅਤਾਤਾਂ ਨੇ ਜਿਹੜੇ ਨਾਨ ਮੈਟਲਸ ਨੇ ਇਹ ਆਕਸੀਜਨ ਦੇ ਨਾਲ ਕਿਰਿਆ ਕਰਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਪਦਾਰਥ ਬਣਦਾ ਹੈ ਜੀ ਉਹ ਤੇਜਾਬੀ ਹੁੰਦਾ ਹੈ ਯਾਨੀ ਕਿ ਤੇਜਾਬੀ ਆਕਸਾਈਡ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਦੋਸਤੋ ਨੈਕਸਟ ਕੁਐਸਚਨ ਹੈ ਜੀ ਕਾਂਸੀ ਮਿਸ਼ਰਤ ਤੱਤ ਕਿਹੜੀਆਂ ਤੱਤਾਂ ਤੋਂ ਬਣਦੀ ਹੈ 브్రాঞ্জ ਹੈ ਜੋ ਇੱਕ ਮਿਸ਼ਰਤ ਤੱਤ ਹੈ ਜੀ ਇਹ ਕਿਹੜੀਆਂ ਤੱਤਾਂ ਨੂੰ ਮਿਲਾ ਕੇ ਬਣਦੀ ਹੈ ਜੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਬੀ ਕਾਂਸੀ ਹੈ ਜੋ ਇਹ ਕਾਪਰ ਦੇ ਟੀਨ ਨੂੰ ਮਿਲਾ ਕੇ ਬਣਦੀ ਹੈ ਜੀ ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਦੋਸਤੋ ਤਤਾਂ ਅਤੇ ਅਤਾਤਾਂ ਦੋਨਾਂ ਦੇ ਮਿਸ਼ਰਣ ਵਾਲੇ ਤੱਤਾਂ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਉਹਨਾਂ ਨੂੰ ਮਿਸ਼ਰਤ ਤੱਤਾਂ ਕਿਹਾ ਜਾਂਦਾ ਹੈ ਜੀ ਐਲੋਇਜ਼ ਕਿਹਾ ਜਾਂਦਾ ਹੈ ਤੱਤਾਂ ਅਤੇ ਅਤਾਤਾਂ ਦੋਨਾਂ ਦੇ ਮਿਸ਼ਰਣ ਵਾਲੇ ਤੱਤਾਂ ਨੂੰ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਤੱਤਾਂ ਤੇ ਅਤਾਤਾਂ ਦਾ ਮਿਸ਼ਰਣ ਹੁੰਦਾ ਹੈ ਉਹਨਾਂ ਨੂੰ ਮਿਸ਼ਰਤ ਤੱਤਾਂ ਕਿਹਾ ਜਾਂਦਾ ਹੈ ਜੀ ਇਸ ਤਰ੍ਹਾਂ ਆਪਸ਼ਨ A ਬਿਲਕੁਲ ਕਰੈਕਟ ਹੈ ਦੋਸਤੋ ਆਪਣਾ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਉਪ ਤੱਤ ਹੈ ਆਪਾਂ ਨੇ ਮੈਟਲੋਇਡ ਦੱਸਣੀ ਹੈ ਜੀ ਇਹਨਾਂ ਦੇ ਵਿੱਚੋਂ ਕਿਹੜੀ ਹੈ ਦੋਸਤੋ ਮੈਟਲੋਇਡ ਜਾਨੀ ਕਿ ਉਪ ਤਾਤਾਂ ਦੇ ਵਿੱਚ ਤਾਤਾਂ ਤੇ ਅ ਅਤਾਤਾਂ ਦੋਨਾਂ ਦੇ ਜਾਨੀ ਕਿ ਗੁਣ ਪਾਏ ਜਾਂਦੇ ਨੇ ਵਿਚਕਾਰਲਾ ਮੇਲ ਹੁੰਦਾ ਹੈ ਦੋਨਾਂ ਦਾ ਇਹ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਜਿਹੜੀ ਆਪਸ਼ਨ ਡੀ ਹੈ ਬਿਲਕੁਲ ਕਰੈਕਟ ਹੈ ਜੀ ਸਿਲੀਕਨ ਹੈ ਇੱਕ ਮੈਟਲੋਇਡ ਹੈ ਜੀ ਉਪ ਤਾਤ ਹੈ ਇਸ ਤਰ੍ਹਾਂ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਦੋਸਤੋ ਇੱਥੇ ਇੱਕ ਨੋਟ ਕਰਨਯੋਗ ਪੁਆਇੰਟ ਹੈ ਜੀ ਤਾਤਾਂ ਤੇ ਅਤਾਤਾਂ ਦੇ ਵਿਚਕਾਰਲੇ ਗੁਣਾ ਵਾਲੇ ਪਦਾਰਥਾਂ ਨੂੰ ਉਪ-ਤਾਤ ਯਾਨੀ ਕਿ ਮੈਟਲਵਾਈਡ ਕਿਹਾ ਜਾਂਦਾ ਹੈ ਦੋਸਤੋ ਇਹਨਾਂ ਦੇ ਵਿੱਚ ਕਨਫਿਊਜ਼ ਨਾ ਹੋਣਾ ਜਿਹੜੀਆਂ ਮਿਸ਼ਰਤ ਤਾਤਾਂ ਹੁੰਦੀਆਂ ਨੇ ਉਹ ਦੋ ਜਾਂ ਦੋ ਤੋਂ ਵੱਧ ਤਾਤਾਂ ਜਾਂ ਤਾਤਾਂ ਨੂੰ ਮਿਲਾ ਕੇ ਬਣਦੀਆਂ ਨੇ ਪਰ ਜਿਹੜੀਆਂ ਸਾਨੂੰ ਆਲਰੇਡੀ ਪਹਿਲਾਂ ਹੀ ਕੁਦਰਤ ਦੇ ਵਿੱਚ ਸਾਨੂੰ ਮਿਲਦੀਆਂ ਨੇ ਅਜਿਹਿਆਂ ਯਾਨੀ ਕਿ ਉਪ-ਤਾਤਾਂ ਜਿਨ੍ਹਾਂ ਦੇ ਵਿੱਚ ਤਾਤਾਂ ਤੇ ਅਤਾਤਾਂ ਦੋਨਾਂ ਦੇ ਗੁਣ ਪਾਏ ਜਾਂਦੇ ਨੇ ਉਹਨਾਂ ਨੂੰ ਮੈਟਲ ਮੈਟਲਵਾਇਡ ਜਾਂ ਫਿਰ ਉਪਧਾਤਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜੀ ਦੋਸਤੋ ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੁਰੂ ਜਰੂਰ ਕਰਨਾ ਜੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ